देखते हैं पिछे बैठ के देख रहे हैं दे। किदां दी फीलिंग आउंदी है भाई सेटिंग सुटिंग मतलब ये भी ट्रैक्टर इधर ही छोटा होगा मशीन ली अच्छा उस तो बाद मशीन का ही नुकसान पिछे बैठ के देख रहे हैं दे। किदां दी फीलिंग आउंदी है भाई सेटिंग सुटिंग करी जांदे ने सारी ये तो उपर नहीं उठती हैगी आ मशीन बस इत्थे ही रहिंदी है माशाल्लाह जरूरी है यार क्रॉस तो यही चलता माड़े माड़े ट्रैक्टर जिन्ने बजने जिन्ने तक क्रॉस आए देखी हाँ देख लो न्यूजीलैंड ने यार किन्ने तो तेरा प्रीत भी चला दो प्रीत तो मेरा ब्रांड आ गया ना 190 औसत पावर था टायर कोड़ा खड़ी मेरे भी होगा देख क्या ट्रैक्टर की बनाई शिंदू कपड़े प्रीत रखता सड़े बुसे सोना नखा पूरा कल नू ले आना चल बेच जेड़े है छोटा नंबर हुंदा अंदर बात तो कुछ भी नहीं आती है कई बार कुछ आवाज आ रही है मतलब ये भी ट्रैक्टर इधर ही छोटा होगा मशीन ली मतलब सही किन्ने एचपी का ट्रैक्टर होगा गिर की कट देखो 8 क्विंटल दी कट है ये देखो चलता झोटा मैं कहना अंदर जमी ठंड चढ़ी पई उरे आ गोलू आए मैं तो गोलू आए थी गठ देखो तुम गड्डी आओ जाता देखो मशीन तो देख तू गड्डी है ए सी मैं कहना कूलिंग ठाली पई थी जमी अंदर बाइक देख ला गल मान दस ए मजबूरी कोई ड्राइवर नहीं है चला तू आ मार दा देख ला है ना चेपर की पराली देखता जमी चेपी भैया वो टायर्ड आ बाबे जमी है ना हला दे चल गोलू हलाई हिला के देखी गोलू चल हिला तो सही चल हिला गोलू नहीं चक सकता
ਆ ਹਿੱਲਗੀ ਹੋਰ ਇਹਨਾਂ ਕੋ ਦੇਖਾਂ ਨਹੀਂ ਹਿੱਲਦੀ ਦੇਖੀ ਕੁਛ ਤਰਨ ਨਾ ਬੁਆਲੀ ਆ ਉਹਦੀ ਬਣਾਉਣੇ ਵੀਡੀਓ ਜਾ ਬਾਈ ਨੂੰ ਕਰ ਦੂੰ ਪੁੱਤਰ ਉਹ ਮੈਂ ਤਾਂ ਗੇਰ ਦੇਖੀ ਗਿਆ ਮੈਂ ਗੇਰ ਦੇਖਦਾ ਕਿਆ ਗੇਰ ਨਹੀਂ ਹੈ ਗੇਰ ਪਤਾ ਹੀ ਨਹੀਂ ਕਿੰਨੇ ਕਨੇ ਇਹ ਚ ਵੀ ਏਬੀਸੀ ਸਿਸਟਮ ਆ ਵੀਡੀਓ ਤਾਂ ਇੱਕ ਉਹ ਫੜ ਰਖੇ ਨੇ ਯਾਰ ਹੱਥ ਚ ਹੈਂਡਲ ਆ ਉਹ ਤੋਂ ਹੀ ਪਾਈ ਜਾਂਦਾ ਗੱਡੀਆਂ ਦੇਖੀ ਤੂੰ ਆ ਮਰਾ ਜਾਂਦੀ ਆ ਹਨਾ ਪਤਾ ਕੀ ਕਰਦਾ ਇਹ ਮੰਨ ਲੈ 2100 ਚੱਕਰ ਨੇ 2100 ਫਿਰ ਸਿੱਧਾ 2000 ਤੇ ਆ ਜਾਂਦਾ ਫਿਰ 2100 ਫਿਰ 2000 ਤੇ ਆ ਬਰੋ ਤੂੰ ਹੀ ਦੱਸ ਰਿਹਾ ਬਾਈ ਤੇ ਰਿਲੈਕਸ ਰੱਖੀ ਮੈਂ ਕਹਿੰਦਾ ਜਮੀ ਤਾਂ ਤੂੰ ਉੱਤੇ ਤਾਂ ਨਹੀਂ ਪੈਰ ਧਰਦਾ ਰਿਲੈਕਸ ਦਾ ਗਾਣੂ ਆ ਐ ਤਾਂ ਕੁੱਤਾ ਜਾਈ ਗਾ ਉਹ ਬਾਈ ਕਰ ਰਹੇ ਹਾਂ ਤੂੰ ਆ ਦੇਖੀ ਤੂੰ ਆ ਦੇਖ ਕਿਵੇਂ ਮਾਰਦਾ ਰਿਹਾ ਆ ਬਾਈ ਸਾਈਡ ਤੇ ਕਰੀ ਜਾਂਦੇ ਨੇ ਕੱਠੀ ਜੀ ਹੋਈ ਜਾਂਦੀ ਆ ਹਨਾ ਕੈਮਰੇ ਚ ਦੇਖ ਰਿਹਾ ਬੈ ਕੇ ਉੱਥੇ ਸਾਰਾ ਕੁਝ ਆਉਂਦਾ ਜਿਹੜੀ ਦਿਖ ਰਿਹਾ ਚੱਲਦਾ ਜਿਹੜੀ ਤੂੰ ਆ ਉੱਪਰ ਆ ਤਿੱਲੀ ਜਿਹੀ ਨਿਕੜੀਆਂ ਦੇਖ ਰਿਹਾ ਹਾਂ ਇਹ ਤਾਂ ਅੱਗੇ ਦੱਸ ਰਹੀ ਆ ਵੀ ਜੇ ਤਾਂ ਬੈਠ ਗਈਆਂ ਹਨਾ ਵੀ ਤਾਂ ਅੱਗੇ ਫਿਰ ਮਤਲਬ ਹੋ ਰਹੇ ਨੇ ਜੇ ਉਹ ਖੜੀਆਂ ਨੇ ਉੱਪਰ ਆ ਚੀਜ਼ਾਂ ਆ ਚੀਜ਼ਾਂ ਹਾਂ ਬੰਦੇ ਦਾ ਨੇਚਰ ਵਧੀਆ ਲੱਗਿਆ ਮੈਨੂੰ ਨਹੀਂ ਤੇਰੇ ਵਰਗਾ ਲੈ ਕੇ ਟੁੱਟਾਇਆ ਮੋਟਰਸਾਈਕਲ ਗੱਡੀ ਹਵਾ ਮਰੀ ਜਾਂਦਾ ਮੈਂ ਨਹੀਂ ਬਿਠਾਉਂਦਾ ਹੈਗਾ ਬਾਈ ਨੇ ਇੱਕ ਵਾਰੀ ਵੀ ਨਹੀਂ ਕਿਹਾ ਹੈਗਾ ਵੀ ਭਾਈ ਤੂੰ ਨਾ ਬੈਠ ਦੇਖੋ ਬਾਬੇ ਮੈਂ ਕਿੱਦਣ ਗਿਆ ਤੈਨੂੰ ਨਾ ਕਰ ਉਹ ਮੈਂ ਮੇਰੇ ਵਰਗਾ ਲਾਵਾ ਐ ਜਿਹਾ ਡਰਾਈਵਰ ਤੂੰ ਇਹਨੂੰ ਤੋਰ ਵੀ ਨਹੀਂ ਸਕਦਾ ਤੇ ਤਾਂ ਇਹਦਾ ਗੇਅਰ ਵੀ ਨਹੀਂ ਪਤਾ ਲੱਗਣਾ ਤੋੜਦੀ ਬਾਈ ਨਹੀਂ ਤੋੜ ਸਕਦਾ ਤੂੰ ਬਾਈ ਨੂੰ ਕਹਿਦਾ ਸੀ ਕਹਿੰਦਾ ਗੇਅਰ ਪਾ ਦੇ ਕਿੰਨਾ ਸੋਹਣਾ ਲੱਗਦਾ ਨਾ ਬਾਹਰਲੀ ਫੀਲਿੰਗ ਹੀ ਆਉਂਦੀ ਆ ਹਨਾ ਤੂੰ ਉਹ ਤਾਂ ਦੇਖ ਤੂੰ ਕਿਵੇਂ ਮਾਰਦਾ ਜਦ ਜਦ ਆਪਾਂ ਕੰਪੈਨ ਚ ਲਾ ਸਕਦਾ ਤਾਂ ਫੇਕ ਦੇ 8.5 ਕੁਇੰਟਲ ਦੀ ਗੱਠ ਹੈ ਇਹ 800 ਕਿਲੋ 800 ਕਿਲੋ ਬਰਾ 8 ਕੁਇੰਟਲ ਹੀ ਹੋ ਗਿਆ ਉਹ ਗਿਰ ਗਈ ਇਹ ਤਾਂ ਚੱਲ ਸਿੱਧਾ ਚੱਲ ਰਿਹਾ ਉਹ ਬਾਈ ਦੀ ਨਾ ਹੁੰਦੀ ਆ ਕਦੇ ਇੱਧਰ ਕਰ ਕਦੇ ਉੱਧਰ ਕਰ ਹਨਾ ਲਓ ਮਿੱਤਰੋ ਇਹ ਸੀਗਾ ਅੱਜ ਦਾ ਵਲੌਗ ਅਤੇ ਵਲੌਗ ਇੱਥੇ ਕਰਦੇ ਹਾਂ ਸਮਾਪਤ ਗੋਲੂ ਕਹਿੰਦਾ ਮੈਂ ਇਹ ਚੀਜ਼ ਦੇਖ ਕੇ ਕਹਿੰਦਾ ਮੈਂ ਲੈ ਕੇ ਆਉਣਾ ਕਹਿੰਦਾ ਅਗਲੀ ਵਾਰੀ ਲੈ ਕੇ ਆਏਗਾ ਬਾਈ ਕੰਪੈਨਾਂ ਦਾ ਸ਼ੌਕੀਨ ਕੰਪੈਨ ਆਏ ਆ ਵੀਰੇ 5 ਲੱਖ ਰੁਪਇਆ ਭਰ ਕੇ ਵੀ ਆ ਜਾਂਦੀ ਆ ਇਹਦੇ ਲਈ ਮੈਂ ਰੁਪਇਆ ਵੀ 50 ਲੱਖ ਚਾਹੀਦਾ ਉਹ ਯਾਰ ਹੁਣ ਮੰਨ ਲਾ 2-2.5 ਕਰੋੜ ਦਾ ਤਾਂ ਹੋਊਗਾ ਹੀ ਇਹ 2 ਕਰੋੜ 27 ਲੱਖ ਦਾ ਫੇਰ ਹੁਣ ਉਹਦੀ ਡਾਊਨ ਪੇਮੈਂਟ ਲਾ ਲਾ ਤੂੰ ਕਿੰਨੀ ਭਰਨੀ ਪਊਗੀ ਅਤੇ ਮਿੱਤਰੋ ਵਲੌਗ ਦਾ ਕਰਦੇ ਹਾਂ ਪੀ ਐਂਡ ਅਤੇ ਦੇਖੋ ਤੁਸੀਂ ਚੱਲਦਾ ਟਰੈਕਟਰ ਨਿਊ ਲੈਂਡ ਦੀ ਟਰੈਕਟਰ ਆ ਅਤੇ ਨਿਊ ਲੈਂਡ ਦੀ ਮਸ਼ੀਨ ਹੈ ਬਾਈ ਕਹਿੰਦਾ ਜੇ ਕਲਾਸ ਦਾ ਟਰੈਕਟਰ ਹੋਵੇ ਉਦੋਂ ਦੂਸੀ ਜਾਂਦੇ ਬੰਦੇ ਕਿਉਂ ਹੁਣ ਟਰੈਕਟਰ ਬੜਾ ਤਗੜਾ ਨਾ ਮਸ਼ੀਨ ਦੇ ਪਿੰਕੇ ਬਣਾ ਦਿੰਦਾ ਕਲਾਸ ਤਾਂ ਬੜਾ ਤਗੜਾ ਕਿਵੇਂ ਸਾਂਝੇ ਭਰਦੀ ਆ ਨਾ ਮਸ਼ੀਨ ਨਾ ਗੱਠ ਤਾਂ ਯਾਰ ਬਹੁਤ ਛੇਤੀ ਬਣਾਉਂਦਾ ਯਾਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਹੁਣ ਉਰੇ ਸਿੱਟ ਕੇ ਗਿਆ ਹੁਣ ਉੱਥੇ ਸਿੱਟ ਦੂਗਾ ਦੇਖ ਚੱਲੀਏ ਫਿਰ ਘਰੇ